ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਬਲੌਗਰ ਰੀਤਿਕਾ ਸ਼ਰਮਾ ਰੀਅਲ ਲਾਈਫ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਆਲੂ ਫਲੀਆਂ ਦੀ ਰੈਸਪੀ। ਸਬਜ਼ੀ ਦੇਖੋ ਬਿਲਕੁਲ ਕੱਲੀ ਕੱਲੀ ਬਣੀ ਹੈ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਬਜ਼ੀ ਬਣਾਉਣ ਲਈ ਸਾਨੂੰ ਜੋ ਸਮਾਨ ਚਾਹੀਦਾ ਉਹ ਆਪਾਂ ਦੇਖ ਲੈਂਦੇ ਹਾਂ। ਪਿਆਜ਼ ਲਏ ਆ ਮੈਂ ਬਰੀਕ ਕੱਟੇ ਹੋਏ, ਹਰੀ ਮਿਰਚ ਲਈ ਹੈ ਅਤੇ ਟਮਾਟਰ ਲਏ ਆ। ਫਲੀਆਂ ਲਈਆਂ ਨੇ ਮੈਂ ਮੀਡੀਅਮ ਸਾਈਜ਼ 'ਚ ਕੱਟੀਆਂ ਹੋਈਆਂ। ਆਲੂ ਲਏ ਨੇ ਮੈਂ, ਇਹ ਵੀ ਨਾ ਜ਼ਿਆਦਾ ਮੋਟੇ ਅਤੇ ਨਾ ਹੀ ਜ਼ਿਆਦਾ ਪਤਲੇ, ਆਪਣੇ ਹਿਸਾਬ ਦੇ ਤੁਸੀਂ ਕੱਟ ਸਕਦੇ ਹੋ। ਤੇਲ ਆਪਣਾ ਗਰਮ ਹੋ ਗਿਆ, ਜੀਰਾ ਪਾ ਦੇਣਾ ਹੈ ਮੈਂ, ਥੋੜ੍ਹੀ ਜਿਹੀ ਹਿੰਗ ਪਾਣੀ ਆ ਮੈਂ ਇਹਦੇ ਵਿੱਚ, ਥੋੜ੍ਹੀ ਜਿਹੀ ਬਿਲਕੁਲ। ਹਰੀ ਮਿਰਚ ਪਾਤੀ ਮੈਂ ਵਿੱਚ ਸੈਂਟਰ 'ਚ ਕੱਟ ਲਗਾ ਕੇ। ਪਿਆਜ਼ ਪਾਤੇ ਆ, ਪਿਆਜ਼ ਅਸੀਂ ਉਦੋਂ ਤੱਕ ਫਰਾਈ ਕਰਨੇ ਆ ਜਦੋਂ ਤੱਕ ਪਿਆਜ਼ ਹਲਕੇ ਬਰਾਊਨ ਨਾ ਹੋ ਜਾਣ। ਗੈਸ ਅਸੀਂ ਮੀਡੀਅਮ ਰੱਖਣਾ, ਜ਼ਿਆਦਾ ਹਾਈ ਨਹੀਂ ਕਰਨਾ ਹੈਗਾ। ਹੁਣ ਮੈਂ ਪਿਆਜ਼ਾਂ ਦੇ ਵਿੱਚ ਥੋੜ੍ਹਾ ਜਿਹਾ ਨਮਕ ਪਾਉਣਾ ਹੈ ਤਾਂ ਕਿ ਪਿਆਜ਼ ਜਲਦੀ ਫਰਾਈ ਹੋ ਜਾਣ। ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਪਾਉਣਾ ਇੱਥੇ ਪਾ ਸਕਦੇ ਹੋ। ਪਿਆਜ਼ ਆਪਣੇ ਹਲਕੇ ਬਰਾਊਨ ਹੋ ਚੁੱਕੇ ਆ। ਹੁਣ ਗਰਮ ਮਸਾਲਾ ਪਾਉਣਾ ਹੈ ਮੈਂ, ਹਲਦੀ ਪਾਈ ਮੈਂ ਬਿਲਕੁਲ ਥੋੜ੍ਹੀ ਜਿਹੀ, ਲਾਲ ਮਿਰਚ ਪਾਈ ਸਵਾਦ ਅਨੁਸਾਰ, ਅਸੀਂ ਹਰੀ ਵੀ ਪਾਈ ਹੈ ਪਹਿਲਾਂ। ਨਮਕ, ਨਮਕ ਵੀ ਸਵਾਦ ਅਨੁਸਾਰ ਪਹਿਲਾਂ ਵੀ ਅਸੀਂ ਪਾ ਚੁੱਕੇ ਹਾਂ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਇਹਦੇ ਵਿੱਚ ਮੈਂ ਪਾਣੀ ਥੋੜ੍ਹੀ ਜਿਹੀ ਦੇਗੀ ਮਿਰਚ, ਸਬਜ਼ੀ ਦਾ ਕਲਰ ਵਧੀਆ ਆਉਣ ਵਾਸਤੇ। ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਓ। ਦੇਗੀ ਮਿਰਚ ਤੁਹਾਡੀ ਮਰਜ਼ੀ ਆ, ਪਾਣੀ ਇੱਥੇ ਪਾ ਸਕਦੇ ਹੋ, ਇਹਦੇ ਨਾਲ ਕਲਰ ਵਧੀਆ ਆਉਂਦਾ ਹੈ ਸਬਜ਼ੀ ਦਾ। ਟਮਾਟਰ ਪਾ ਦੇਣੇ ਐਵੇਂ, ਟਮਾਟਰ ਵੀ ਅਸੀਂ ਉਦੋਂ ਤੱਕ ਫਰਾਈ ਕਰਨੇ ਆ ਜਦੋਂ ਤੱਕ ਟਮਾਟਰ ਐਨ ਚੰਗੀ ਤਰ੍ਹਾਂ ਮਿਕਸ ਨਾ ਹੋ ਜਾਣ ਮਸਾਲੇ ਦੇ ਵਿੱਚ। ਇੱਦਾਂ ਹੀ ਇਹਨੂੰ ਹਲਕੇ ਹੱਥ ਨਾਲ ਮਿਕਸ ਕਰੀ ਜਾਣਾ ਹੈ। ਗੈਸ ਮੀਡੀਅਮ ਹੋਣਾ ਚਾਹੀਦਾ, ਜ਼ਿਆਦਾ ਹਾਈ ਨਹੀਂ ਕਰਨਾ ਹੈਗਾ। ਹੁਣ ਮੈਂ ਇਹਦੇ ਵਿੱਚ ਪਾਉਣਾ ਥੋੜ੍ਹਾ ਜਿਹਾ ਪਾਣੀ ਤਾਂ ਕਿ ਟਮਾਟਰ ਜਲਦੀ ਮਿਕਸ ਹੋ ਜਾਣ, ਐਨ ਚੰਗੀ ਤਰ੍ਹਾਂ ਗ੍ਰੇਵੀ ਜੀ ਬਣ ਜਾਵੇ ਟਮਾਟਰ ਦੀ। ਹਲਕੇ ਹਲਕੇ ਕੜਛੀ ਦੇ ਨਾਲ ਟਮਾਟਰ ਨੂੰ ਪ੍ਰੈਸ ਕਰੀ ਜਾਣਾ, ਢੱਕ ਕੇ ਰੱਖ ਦੇਣਾ ਇਹਨੂੰ ਥੋੜ੍ਹੀ ਦੇਰ ਵਾਸਤੇ। ਥੋੜ੍ਹੀ ਥੋੜ੍ਹੀ ਦੇਰ ਬਾਅਦ ਦੇਖੀ ਜਾਣੇ ਆ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਰਿਹਾ। ਗੈਸ ਮੀਡੀਅਮ ਰੱਖਣੀ ਹੈ। ਹਲਕਾ ਹਲਕਾ ਇਹਨੂੰ ਪ੍ਰੈਸ ਕਰੀ ਜਾਣਾ, ਟਮਾਟਰ ਐਨ ਮਿਕਸ ਕਰ ਲੈਣੇ ਆ ਵਿੱਚ। ਦੇਖੋ ਟਮਾਟਰ ਕਿਸ ਤਰ੍ਹਾਂ ਮਿਕਸ ਹੋ ਗਿਆ ਹਨ। ਜਦੋਂ ਮਸਾਲਾ ਚੰਗੀ ਤਰ੍ਹਾਂ ਫਰਾਈ ਹੋ ਜਾਂਦਾ ਹੈ ਉਹਦਾ ਕਲਰ ਆਪਣੇ ਆਪ ਵਧੀਆ ਬਣ ਜਾਂਦਾ। ਦੇਖੋ ਕਲਰ ਕਿੰਨਾ ਵਧੀਆ ਹੋ ਗਿਆ, ਮਸਾਲਾ ਹੁਣ ਆਪਣਾ ਬਣ ਕੇ ਤਿਆਰ ਹੋ ਗਿਆ। ਦੇਖੋ ਟਮਾਟਰ ਐਂਡ ਮਿਕਸ ਹੋ ਗਏ ਆ। ਹੁਣ ਅਸੀਂ ਇਹਦੇ ਵਿੱਚ ਪਾਉਣੇ ਆ ਆਲੂ, ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਇੱਦਾਂ ਹੀ ਹਲਕੇ ਹਲਕੇ ਇਹਨਾਂ ਨੂੰ ਇੱਦਾਂ ਹਿਲਾਈ ਜਾਣਾ ਹੈ, ਮਸਾਲਾ ਐਂਡ ਮਿਕਸ ਹੋ ਜਾਵੇ ਆਲੂਆਂ ਦੇ ਵਿੱਚ।
हूँ असी इनू ढक के रख देना है थोड़ी देर वास्ते, दो दो मिनट बाद असी इनू देखी जाना है। हूँ इन्हें चंगी तरह मिक्स कर देना है, मसाला इन चंगी तरह आलूआं दे विच मिक्स हो गया। हूँ असी इहदे विच फलियां पा देनियां ने, इन्हां नूं चंगी तरह मिक्स कर लो। ऐन चंगी तरह मिक्स कर लो इन्हां नूं। हुण असी इहनूं ढक के रख देना है। थोड़ी थोड़ी देर बाद सब्जी नूं चैक करना है कि सब्जी नीचे ना लग जाए। गैस असी मीडियम ही रखनी है, हाई नहीं करनी हैगी। फिर दोबारा ढक देनी है सब्जी, फिर दोबारा सब्जी देखनी है। ऐन चंगी तरह मिक्स करी चलो नाल नाल। ढक के रख देनी है सब्जी, फिर दोबारा बिच कड़छी रख देनी है। पूरा ढक्कन नहीं मैं कभी भी रखती, ढक्कन का फटन का डर रहिंदा। हुण फिर असी सब्जी देखनी है, थोड़ी थोड़ी देर बाद सब्जी देखते दे रहो। मैं आलू दबा के देख रही हूँ, आलू हार्ड ने, इन्हां दे विच सानू थोड़ा जिहा पानी पाना पैना है ਤਾਂ ਕਿ ਸਬਜ਼ੀ 'ਚ ਭਾਫ਼ ਬਣ ਜਾਵੇ, ਆਲੂ ਸੌਫਟ ਹੋ ਜਾਣ। ਪਹਿਲਾਂ ਪਾਣੀ ਨਹੀਂ ਪਾਉਣਾ ਹੈਗਾ, ਪਹਿਲਾਂ ਆਲੂ ਚੈੱਕ ਕਰਨੇ ਆ, ਫਿਰ ਬਾਅਦ 'ਚ ਪਾਣੀ ਪਾਉਣਾ ਹੈ। ਕਈ ਆਲੂ ਜਲਦੀ ਘੁਲ ਜਾਂਦੇ ਆ, ਜੇ ਅਸੀਂ ਪਹਿਲਾਂ ਪਾਣੀ ਪਾਤਾ ਫਿਰ ਆਲੂ ਘੁਲਣ ਦਾ ਡਰ ਹੁੰਦਾ। ਪਹਿਲਾਂ ਆਲੂਆਂ ਨੂੰ ਚੈੱਕ ਕਰਨਾ, ਫਿਰ ਪਾਣੀ ਪਾਉਣਾ। ਥੋੜ੍ਹੀ ਮੈਂ ਇਹਦੇ ਵਿੱਚ ਪਾਈ ਆ ਕਸੂਰੀ ਮੇਥੀ, ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ। ਪਾਣੀ ਅਸੀਂ ਓਨਾ ਕੁ ਲੈਣਾ ਹੈ ਜਿੰਨੇ ਕੁ ਨਾਲ ਭਾਫ਼ ਬਣ ਜਾਵੇ। ਅੱਧਾ ਗਲਾਸ ਦੇ ਕਰੀਬ ਪਾਣੀ ਪਾਇਆ ਹੋਣਾ ਮੈਂ, ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਅਸੀਂ ਢੱਕ ਦੇਣਾ ਹੈ। ਥੋੜ੍ਹੀ ਦੇਰ ਬਾਅਦ ਅਸੀਂ ਫਿਰ ਦੇਖਣੇ ਆ। ਫਿਰ ਦੁਬਾਰਾ ਕੜਛੀ ਫੇਰਨੀ ਹੈ ਸਾਰੀ ਸਬਜ਼ੀ ਦੇ ਵਿੱਚ। ਮੈਂ ਆਲੂ ਦਬਾ ਕੇ ਦੇਖ ਰਹੀ ਹਾਂ ਦੁਬਾਰਾ, ਆਲੂ ਹੁਣ ਸੌਫਟ ਹੋ ਗਏ ਆ। ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਆ। ਦੇਖੋ ਆਲੂ ਬਿਲਕੁਲ ਹੁਣ ਸੌਫਟ ਹੋ ਗਿਆ, ਹੁਣ ਦਵਾਈ ਤੋਂ ਦਬਦੇ ਆ। ਦੇਖੋ ਫਲੀਆਂ ਤਾਂ ਜਲਦੀ ਬਣ ਜਾਂਦੀਆਂ, ਆਲੂ ਕਈ ਜਲਦੀ ਘੁਲ ਜਾਂਦੇ ਆ, ਕਈ ਘੁਲਦੇ ਨਹੀਂ ਹੈਗੇ। ਦੇਖੋ ਆਲੂ ਬਿਲਕੁਲ ਹੁਣ ਸੌਫਟ ਹੋ ਗਿਆ, ਇਹਦਾ ਮਤਲਬ ਆਪਣੀ ਸਬਜ਼ੀ ਤਿਆਰ ਹੈ। ਦੇਖੋ ਸਬਜ਼ੀ ਦਾ ਕਲਰ ਕਿੰਨਾ ਸੋਹਣਾ ਆਇਆ, ਪਾਣੀ ਪਾਉਣ ਨਾਲ ਸਬਜ਼ੀ ਦੀ ਕੋਈ ਉਹ ਨਹੀਂ ਹੋਏ, ਆਲੂ ਨਹੀਂ ਵਿੱਚ ਘੁਲੇ ਹੈਗੇ, ਕੁਛ ਨਹੀਂ ਹੋਇਆ, ਇਕੱਲੀ ਇਕੱਲੀ ਸਬਜ਼ੀ ਬਣੀ ਆ। ਮੈਂ ਬਿਲਕੁਲ ਨੇੜੇ ਤੋਂ ਦਿਖਾ ਰਹੀ ਹਾਂ, ਦੇਖੋ ਸਬਜ਼ੀ ਦਾ ਕਲਰ, ਸਬਜ਼ੀ ਟੇਸਟੀ ਬਣੀ ਸੀ। ਸਭ ਦੇ ਆਪਣੇ ਆਪਣੇ ਤਰੀਕੇ ਹੁੰਦੇ ਆ ਸਬਜ਼ੀ ਬਣਾਉਣ ਦੇ। ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੀ ਹਾਂ ਫਿਰ ਆਉਣ ਵਾਲੀ ਵੀਡੀਓ 'ਚ, ਬਾਏ।